ਚੜ੍ਹਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਲੈ ਕੇ ਮੈਂ ਹਾਂ ਗੁਰਵਿੰਦਰ ਸੰਧੂ। ਮਾਰਦੇ ਨਜ਼ਰ ਹੁਣ ਤੱਕ ਦੀਆਂ ਸੁਰਖੀਆਂ ਤੇ। ਹਜ਼ੂਰ ਸਾਹਿਬ ਦੀ ਸੰਗਤ ਨੂੰ ਮਿਲੀ ਘਰ ਜਾਣ ਦੀ ਇਜਾਜ਼ਤ, ਅੰਮ੍ਰਿਤਸਰ ਤੋਂ ਆਈ ਰਾਹਤ ਵਾਲੀ ਖਬਰ। ਲੁਧਿਆਣਾ ਵਿੱਚ ਮਜ਼ਦੂਰਾਂ ਕੀਤਾ ਹੰਗਾਮਾ, ਪੁਲਿਸ ਨੇ ਕੀਤਾ ਲਾਠੀਚਾਰਜ। ਚੰਡੀਗੜ੍ਹ ਵਿੱਚ ਇੱਕ ਵਿਅਕਤੀ ਨੂੰ ਸੜਕ ਤੇ ਥੁੱਕਣਾ ਪਿਆ ਮਹਿੰਗਾ, ਪੁਲਿਸ ਨੇ ਦਿੱਤੀ ਅਜੀਬੋ ਗਰੀਬ ਸਜ਼ਾ। ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 1900 ਤੋਂ ਪਾਰ, ਲੁਧਿਆਣਾ ਤੋਂ ਰੇਲਵੇ ਪੁਲਿਸ ਦੇ 14 ਮੁਲਾਜ਼ਮ ਕੋਰੋਨਾ ਪੀੜਿਤ। ਦੇਸ਼ ਵਿੱਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ ਵਿੱਚ 3600 ਨਵੇਂ ਮਾਮਲੇ ਆਏ ਸਾਹਮਣੇ, ਪੀੜਤਾਂ ਦੀ ਗਿਣਤੀ ਪਹੁੰਚੀ 70,000 ਤੋਂ ਪਾਰ। ਹੁਣ ਖਬਰਾਂ ਵਿਸਥਾਰ ਨਾਲ। ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਅੰਦਰ ਆਏ ਸ਼ਰਧਾਲੂਆਂ ਦੀ। ਹਜ਼ੂਰ ਸਾਹਿਬ ਦੀ ਸੰਗਤ ਦੇ ਆਉਣ ਨਾਲ ਪੰਜਾਬ ਅੰਦਰ ਇੱਕੋ ਦਮ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਵੱਡੇ ਪੱਧਰ ਤੇ ਵਾਧਾ ਹੋਇਆ ਸੀਗਾ। ਜੇਕਰ ਗੱਲ ਸਿਰਫ ਅੰਮ੍ਰਿਤਸਰ ਦੀ ਕੀਤੀ ਜਾਵੇ, 300 ਦੇ ਕਰੀਬ ਕੋਰੋਨਾ ਪੀੜਤਾਂ ਦੀ ਗਿਣਤੀ ਪਹੁੰਚ ਗਈ ਸੀਗੀ। ਪਰ ਹੁਣ ਰਾਹਤ ਵਾਲੀ ਖਬਰ ਇਹ ਹੈ ਕਿ 25 ਦੇ ਕਰੀਬ ਸ਼ਰਧਾਲੂ ਠੀਕ ਹੋ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਨੇ। ਹਸਪਤਾਲ ਨੇ ਉਹਨਾਂ ਨੂੰ ਘਰ ਜਾਣ ਲਈ ਛੁੱਟੀ ਦੇ ਦਿੱਤੀ ਹੈ। ਕੀ ਹੈ ਪੂਰੀ ਖਬਰ, ਆਓ ਦੇਖਦੇ ਹਾਂ। ਸ਼੍ਰੀ ਹਜ਼ੂਰ ਸਾਹਿਬ ਤੋਂ ਘਰ ਪਰਤੀ ਸੰਗਤ ਨਾਲ ਸੂਬੇ ਵਿੱਚ ਇੱਕੋ ਦਮ ਵੱਡੀ ਗਿਣਤੀ ਕੋਰੋਨਾ ਵਾਇਰਸ ਮਰੀਜ਼ਾਂ ਦਾ ਆਂਕੜਾ ਵੱਧ ਗਿਆ ਸੀ। ਜੇਕਰ ਗੱਲ ਅੰਮ੍ਰਿਤਸਰ ਦੀ ਕੀਤੀ ਜਾਵੇ ਤਾਂ 300 ਦੇ ਕਰੀਬ ਕੋਰੋਨਾ ਦਾ ਸ਼ਿਕਾਰ ਲੋਕਾਂ ਨਾਲ ਜ਼ਿਲ੍ਹਾ ਸੂਬੇ ਦਾ ਸਭ ਤੋਂ ਵੱਡਾ ਕੋਰੋਨਾ ਹੌਟਸਪੌਟ ਬਣ ਗਿਆ ਸੀ। ਪਰ ਹੁਣ ਰਾਹਤ ਵਾਲੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿੱਥੇ 25 ਦੇ ਕਰੀਬ ਸ਼ਰਧਾਲੂਆਂ ਨੂੰ ਹਸਪਤਾਲ ਨੇ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ। ਇਸ ਬਾਬਤ ਕੀ ਕਿਹਾ ਮੈਡੀਕਲ ਕਾਲਜ ਪ੍ਰਿੰਸੀਪਲ ਸੁਜਾਤਾ ਸ਼ਰਮਾ ਨੇ, ਆਓ ਦੇਖਦੇ ਹਾਂ। ਹਾਂਜੀ, ਐਵੇਂ ਉਸਸੇ ਤੋਂ ਹਮਾਰੇ ਕਾਫੀ ਇਹ ਜੋ ਹੈ ਲਿਨਨ ਵਗੈਰਾ, ਜਿਸਕੋ ਹਮੇ ਹਾਈਪੋਕਲੋਰਾਈਡ ਮੇ ਹਮ ਡਿਪ ਕਰਤੇ ਹੈ, ਫਿਰ ਉਨਕੋ ਵਾਸ਼ਿੰਗ ਮੇ ਭੇਜਤੇ ਹੈ, ਅਗਰ ਡਿਸਪੋਜ਼ੇਬਲ ਮਿਲ ਰਹੀ ਹੈ ਹਮੇ ਤੋ ਫਿਰ ਹਮੇ ਉਨਸੇ ਕਾਫੀ ਪ੍ਰੋਬਲਮ ਹਮਾਰਾ ਸੋਰਟ ਆਊਟ ਹੋ ਜਾਤੀ ਹੈ। ਪ੍ਰੋਬਲਮ ਤੋ ਨਹੀਂ, ਮਤਲਬ ਇਹ ਕਾਮ ਥੋੜਾ ਸਾ ਹਮਾਰਾ ਕਮ ਹੋ ਜਾਤਾ ਹੈ, ਤੋ ਤਾਂ ਕਿ ਉਨਕੋ ਵੀ ਡੋਂਟ ਹੈਵ ਟੂ ਰੀਯੂਜ਼ ਦੈਮ, ਯੂਜ਼ ਵਨ ਟਾਈਮ ਯੂਜ਼ ਕਰਕੇ ਉਨਕੋ ਡਿਸਪੋਜ਼ ਆਫ ਕਰ ਦੇਂਗੇ। ਮੈਮ ਅਭੀ ਕਿਤਨੇ ਕੇਸਿਸ ਹੈ ਜੋ ਅਭੀ ਆਪਕੇ ਪਾਸ ਮੇ ਪੋਜ਼ਿਟਿਵ ਹੈ? ਹਮਾਰੇ ਪਾਸ ਇਸ ਵਕਤ 239 ਪੇਸ਼ੈਂਟਸ ਹੈ ਇਸ ਵਕਤ ਵਾਰਡਸ ਮੇ। ਜੀ, ਔਰ ਮੈਮ ਕਿਤਨੋ ਕੇ ਟੈਸਟ ਅਭੀ ਪੈਂਡਿੰਗ ਪੜੇ ਹੋਏ ਹੈ ਔਰ ਕਿਤਨੇ ਆਨੇ ਕੇ? ਟੈਸਟ ਦੇਖੋ, ਟੈਸਟ ਤੋ ਉਨਕੇ ਡੇਟ ਵਾਈਜ਼ ਚਲਤੇ ਰਹਤੇ ਹੈ, ਜੈਸੇ ਜੈਸੇ ਉਨਕਾ ਟਾਈਮ ਪੂਰਾ ਹੋਤਾ ਰਹਤਾ ਹੈ ਐਸ ਪਰ ਗਾਈਡਲਾਈਨਸ, ਜਿਸ ਦਿਨ ਉਨਕੀ ਟੈਸਟਿੰਗ ਹੋਣੀ ਹੋਤੀ ਹੈ ਉਸ ਦਿਨ ਉਨਕੀ ਟੈਸਟਿੰਗ ਕਰਕੇ ਅਗਰ ਵੋ ਪੋਜ਼ਿਟਿਵ ਆਤੇ ਹੈ ਤੋ ਉਨਕੋ ਰੱਖਤੇ ਹੈ, ਅਗਰ ਵੋ ਨੈਗੇਟਿਵ ਹੋ ਜਾਤੇ ਹੈ ਤੋ ਫਿਰ ਉਨਕੋ ਡਿਸਚਾਰਜ ਕਰ ਦੇਤੇ ਹੈ। ਅੱਜ ਹਮਾਰੇ 25 ਪੇਸ਼ੈਂਟਸ ਨੈਗੇਟਿਵ ਹੋ ਗਏ ਹੈ, ਦੋ ਸੈਂਪਲਸ ਉਨਕੇ ਕੰਜੈਕਟਿਵ ਨੈਗੇਟਿਵ ਹੋ ਗਏ ਥੇ, ਤੋ ਅੱਜ ਹਮ ਉਨਕੋ ਡਿਸਚਾਰਜ ਕਰਨੇ ਚਾਹੇ। ਮੈਮ ਰੋਜ਼ਾਨਾ ਕੁਛ ਕੇਸਿਸ ਵੱਧ ਰਹੇ ਹੈ, ਉਨਕੋ ਕਿਆ ਲੋਗੋਂ ਕੋ ਕਿਆ ਕਹਿਣਾ ਚਾਹੇਂਗੇ ਜੋ ਰੋਜ਼ਾਨਾ ਕੇਸਿਸ ਵੱਧ ਰਹੇ ਹੈ, ਕੈਸੇ ਉਨਕੋ ਬਚਾਇਆ ਜਾ ਸਕਤਾ ਹੈ ਕਿਉਂਕਿ ਕੇਸਿਸ ਬਹੁਤ ਵੱਧ ਰਹੇ ਹੈ, ਜੈਸੇ ਨੋ ਕੇਸਿਸ ਡੇਲੀ ਵੱਧ ਰਹੇ ਹੈ। ਦੇਖੇ ਵੋ ਤੋ ਐਸਾ ਹੈ ਨਾ ਕਿ ਲੋਗੋਂ ਕੋ ਪ੍ਰੀਕੋਸ਼ਨਸ ਫਾਲੋ ਕਰਨੇ ਚਾਹੀਏ, ਜੈਸੇ ਹਮ ਟੀ ਵੀ ਚੈਨਲਸ ਪਰ ਦੇਖਤੇ ਹੈ ਕਿ ਲੋਕ ਪ੍ਰੀਕੋਸ਼ਨਸ ਨਹੀਂ ਫਾਲੋ ਕਰ ਰਹੇ, ਤੋ ਵਹੀ ਕਾਰਨ ਬਣ ਜਾਤਾ ਹੈ ਉਸਕੇ ਫੈਲਨੇ ਕਾ। ਅਗਰ ਲੋਕ ਰਿਲੀਜੀਅਸਲੀ ਆਪਣੇ ਆਪ ਆਪਣਾ ਬਚਾਓ ਸਮਝ ਕੇ ਵੋ ਫਾਲੋ ਕਰੇ, ਤੋ ਫਿਰ ਮੁਝੇ ਲਗਤਾ ਹੈ ਕਿ ਕਾਫੀ ਹੱਦ ਤੱਕ ਕੰਟੇਨ ਹੋ ਸਕਤਾ ਹੈ। ਮੈਮ ਲਾਸਟ ਕੁਐਸਚਨ, ਮੈਮ ਹਜ਼ੂਰ ਸਾਹਿਬ ਸੇ ਕਿਤਨੇ ਅਭੀ ਲੋਕ ਜੋ ਹੈ ਕਿ ਵੋ ਪੋਜ਼ਿਟਿਵ ਹੈ? ਦੇਖੇ ਹਮਾਰੇ ਪਾਸ 196 ਥੇ, ਉਨਮੇ ਸੇ 25 ਡਿਸਚਾਰਜ ਕਰ ਰਹੇ ਹੈ, ਬਾਕੀ ਅਭੀ ਬਾਕੀਓਂ ਕੀ ਟੈਸਟਿੰਗ ਚੱਲ ਰਹੀ ਹੈ, ਜੈਸੇ ਜੈਸੇ ਨੈਗੇਟਿਵ ਆਤੇ ਜਾਏਂਗੇ ਹਮ ਉਨਕੋ ਡਿਸਚਾਰਜ ਕਰਦੇ ਜਾਏ। ਗੱਲ ਉਹਨਾਂ ਪ੍ਰਵਾਸੀ ਮਜ਼ਦੂਰਾਂ ਦੀ ਕਰਾਂਗੇ ਜਿਹੜੇ ਮਜ਼ਦੂਰੀ ਲਈ ਬਿਹਾਰ, ਯੂਪੀ ਅਤੇ ਦੇਸ਼ ਦੇ ਹੋਰ ਸੂਬਿਆਂ ਤੋਂ ਪੰਜਾਬ ਅੰਦਰ ਆਏ ਸੀਗੇ। ਪੰਜਾਬ ਅੰਦਰ ਇਹ ਰੋਜ਼ਗਾਰ ਦੀ ਤਲਾਸ਼ ਵਿੱਚ ਆਏ ਸੀਗੇ, ਪੰਜਾਬ ਅੰਦਰ ਇਹਨਾਂ ਦਾ ਵਧੀਆ ਰੋਜ਼ਗਾਰ ਚੱਲ ਵੀ ਰਿਹਾ ਸੀਗਾ। ਪਰ ਅਜਿਹੇ ਦੇ ਵਿੱਚ ਇੱਕ ਬੁਰੀ ਖਬਰ ਕੋਰੋਨਾ ਦੀ ਆਈ, ਕੋਰੋਨਾ ਮਹਾਂਮਾਰੀ ਦੇ ਚੱਲਦੇ ਸਾਰੇ ਬੇਰੋਜ਼ਗਾਰ ਹੋ ਕੇ ਆਪੋ ਆਪਣੇ ਕੁਆਟਰਾਂ ਦੇ ਵਿੱਚ, ਕਮਰਿਆਂ ਦੇ ਵਿੱਚ ਇਕਾਂਤਵਾਸ ਹੋ ਗਏ ਸੀ। ਇਕਾਂਤਵਾਸ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇਹਨਾਂ ਕੋਲ ਨਾ ਖਾਣ ਪੀਣ ਲਈ ਰੋਟੀ ਸੀਗੀ ਅਤੇ ਨਾ ਹੀ ਕਰਨ ਵਾਸਤੇ ਕੋਈ ਕੰਮ। ਜੇਕਰ ਗੱਲ ਕੀਤੀ ਜਾਵੇ ਇਹਨਾਂ ਦੀ ਬੇਵਸੀ ਦੀ, ਤਾਂ ਇਹਨਾਂ ਦੀ ਬੇਵਸੀ ਅਜਿਹੀ ਸੀਗੀ ਕਿ ਬੀਤੇ ਦਿਨੀ ਲੁਧਿਆਣਾ ਤੋਂ ਇੱਕ ਖਬਰ ਸਾਹਮਣੇ ਆਈ ਸੀ, ਜਿੱਥੇ ਇੱਕ ਸ਼ਖਸ ਨੇ ਭੁੱਖ ਦੇ ਚੱਲਦੇ ਇੱਕ ਸ਼ਖਸ ਨੇ ਆਤਮ ਹੱਤਿਆ ਕਰ ਲਈ ਸੀਗੀ। ਹੁਣ ਪ੍ਰਵਾਸੀ ਮਜ਼ਦੂਰਾਂ ਨੂੰ ਸਰਕਾਰ ਆਪੋ ਆਪਣੇ ਸੂਬਿਆਂ ਦੇ ਵਿੱਚ ਵਾਪਸ ਭੇਜ ਰਹੀ ਹੈ। ਅਜਿਹੇ ਵਿੱਚ ਖਾਕੀ 'ਤੇ ਇਲਜ਼ਾਮ ਲਗਾਉਂਦੇ ਹੋਏ ਪ੍ਰਵਾਸੀ ਮਜ਼ਦੂਰਾਂ ਦੀ ਇੱਕ ਵੱਡੀ ਭੀੜ ਹਾਈਵੇ 'ਤੇ ਆ ਗਈ, ਹਾਈਵੇ ਜਾਮ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਹਲਕਾ ਬਲ ਵੀ ਪ੍ਰਯੋਗ ਕੀਤਾ। ਹਾ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 
ਪੰਜਾਬ ਵਿੱਚ ਆਏ ਪ੍ਰਵਾਸੀ ਮਜ਼ਦੂਰ ਹੁਣ ਆਪੋ ਆਪਣੇ ਸੂਬਿਆਂ ਵਿੱਚ ਜਾਣ ਨੂੰ ਕਾਲੇ ਨੇ। ਲੁਧਿਆਣਾ ਵਿੱਚ ਆਪਣੇ ਘਰ ਜਾਣ ਲਈ ਪ੍ਰਵਾਸੀ ਮਜ਼ਦੂਰ ਸੜਕ ਤੇ ਉਤਰ ਆਏ। ਕਾਕੋਵਾਲ ਰੋਡ ਨਜ਼ਦੀਕ ਦਿੱਲੀ ਨੈਸ਼ਨਲ ਹਾਈਵੇ ਜਾਮ ਕਰਨ ਨਾਰੇਬਾਜ਼ੀ ਕੀਤੀ। ਮਜ਼ਦੂਰਾਂ ਦੀ ਮੰਗ ਹੈ ਕਿ ਉਹਨਾਂ ਨੂੰ ਘਰ ਭੇਜਿਆ ਜਾਵੇ। ਇਸ ਮੌਕੇ ਮਜ਼ਦੂਰਾਂ ਨੇ ਪੁਲਿਸ ਤੇ ਗੰਭੀਰ ਦੋਸ਼ ਲਗਾਏ ਕਿ ਪੁਲਿਸ ਟਿਕਟਾਂ ਪੈਸੇ ਲੈ ਕੇ ਵੰਡ ਰਹੀ ਹੈ। ਇਹ ਜੋ ਬੰਦਾ ਕਾ ਰਜਿਸਟ੍ਰੇਸ਼ਨ ਹੋਤਾ ਹੈ ਨਾ, ਉਹ ਕਿਆ ਕਰਤਾ ਹੈ, ਰਜਿਸਟ੍ਰੇਸ਼ਨ ਵਾਲੇ ਬੰਦੇ ਕੋ ਨਹੀਂ ਭੇਜਤਾ ਹੈ। ਅੱਛਾ, ਸਾਈਡ ਸੇ ਬੰਦਾ ਕੋ ਭੇਜਤਾ ਹੈ 500 ਰੁਪਿਆ ਲੈ ਕੇ ਸਟੇਸ਼ਨ ਪੇ ਪੁਲਿਸ ਵਾਲਾ। ਅੱਛਾ, ਕਬ ਕਾ ਬਾਤ ਹੈ ਇਹ? ਇਹ ਕੱਲ ਪਰਸੋਂ ਲਗਾਤਾਰ 3-4 ਦਿਨ ਸੇ ਹੋ ਰਹਾ ਹੈ। ਆਪ ਲੋਗੋ ਕਿਤਨੇ ਬੰਦੇ ਕੋ ਸਾਧੂ ਹੈ? ਸਾਰੇ ਬੰਦੇ ਕੋ 4-5 ਬੰਦਾ ਆਇਆ, ਫਟਾਕਾ ਮਾਰ ਕੇ ਦਾਣਾ ਮੰਡੀ ਮੇ ਆਇਆ ਹੈ। ਪੁਲਿਸ ਵਾਲੇ ਨੇ ਟਿਕਟ ਦੇ ਕੇ ਵਹਾਂ ਗੁਰੂ ਨਾਨਕ ਕੇ ਸਟੇਡੀਅਮ ਮੇ ਆ ਯਹਾਂ ਸਭ ਪੁਲਿਸ ਵਾਲਾ ਟਿਕਟ ਲੈ ਲਿਆ ਹੈ ਵਾਪਸੀ। ਕਹਾਂ ਕੇ ਰਹਨੇ ਆਪ? ਹਮ ਬਿਹਾਰ ਕੇ ਰਹਨੇ ਵਾਲੇ, ਸੀਤਾਮਣੀ ਜ਼ਿਲ੍ਹਾ। ਕਿਤਨੇ ਸਾਲ ਸੇ ਯਹਾਂ? ਯਹਾਂ 20 ਸਾਲ ਹੋ ਗਿਆ। ਬੁਲਾਈ ਤੋ ਹੁੰਗਾ। ਹਾਂਜੀ, ਕਿਆ ਹੁਆ? ਆਓ, ਟਿਕਟ ਲੈ। ਕਿਆ ਚੱਕਰ ਹੈ? ਟਿਕਟ ਜੇ ਸਟੇਸ਼ਨ ਪਰ ਜਾਤੇ ਹੈ ਨਾ, ਵਾਪਸ ਕਰ ਦੇਤਾ। ਹਾਂ ਹਾਂ, वो जाने नहीं देता है, वापस कर रहे तो बस बोले जाओ, जो सरकार बुलाया तब आना। अच्छा, हाँ जी, तो आप लोगों के पास टिकट रहती है वो? जो सरकार ने बुलाया होता है उसके बावजूद नहीं भेजते? नहीं भेजते है उसके बाद। अच्छा, आपको मैसेज आया हुआ है? कोई मैसेज आया हुआ है किसी के मोबाइल में? सरकार हमको घर भेजे सर। हाँ, सरकार हमको घर भेजे, घर में रहेंगे सुरक्षित। अच्छा, और जो क्या करेंगे सर बोलिए, दो तारीख को ही फिर जा करके क्या करेंगे बैठे? हम लगाते हैं जिला PSP के पास, मैसेज नहीं आ रहा है। जिला के हम लोग कोई मैसेज नहीं आ रहा है, घर के लिए कोई मैसेज नहीं है। थोड़ा पीछे रहिए, पीछे रहिए, मौके पे पहुंची पुलिस ने हल्का लाठी चार्ज कर मजदूरों नु खदेड़ दिता। राहगीरां ने वीडियो बनाई अते हुण वीडियो सोशल मीडिया ते वायरल हो रही है। अपने वसूला करके जानी जाती ट्राई सिटी चंडीगढ़ की पुलिस एक बार फिर सुर्खियों का विषय बनी हुई है। मामला एक शख्स के सड़क के उत्ते थुकन का है, जिस तों बाद पुलिस हरकत दे विच आई ते उसे शख्स तो थुकन वाली जगह पर पानी के नाल सफाई करवाई गई। की है पूरा मामला, आओ देखते हैं। कोरोना वायरस महामारी के चलते चंडीगढ़ में बीते सोमवार एक अजीबो गरीब घटना देखने को मिली, जिथे एक पुलिस कर्मचारी से पत्थर बरसाने का मामला सामने आया। उथे ट्रिब्यून चौंक कोल बाइक सवार एक शख्स ने रोड के किनारे थुक दिता। ये देख नाके से तैनात ट्रैफिक मार्शल तो रहा नहीं गया, बाइक सवार नू रोक लिया, जिस तो बाद वापस उसे जगह ते ले जाकर रोड नू साफ करवाया गया, जिसका वीडियो हुन सोशल मीडिया ते वायरल हो रहा है। ऐसे थूकना अच्छा थोड़ी होता है, बच्चों को साथ जा रहे हो, आप ये गलती कर रहे हो, कितनी बड़ी गलती कर रहे हो, और इसकी तो सजा बहुत बड़ी। ऐसा काम नहीं करना कभी आपने, ऐसे दोबारा थूकना नहीं चाहिए, रस्ते साइड में थूको एक जगह जाके। हमारी पूरी निगाह होती है सब की तरफ, अब हम यहाँ ड्यूटी करते हैं, समझते हो ना, ऐसे थोड़ी थूकना होता भाई जी। दिखाओ उधर, देखो नाका हमारा कहाँ पे है, देखो नाका कहाँ पे, हमने कहाँ पे निगाह रखी आपकी, देखो। चलो आओ, आगे से ऐसी गलती मत करना, कितनी भयंकर बीमारी है। आगे चलो, आप छोटे बच्चे को आप साथ ले रहे हो, वैसे भी बच्चा आपके साथ है, फिर उसको हेलमेट नहीं डाल रखा आपने, किताबें लेने जा रहे हो, और अब जा कहाँ रहे थे वैसे? ਹੁਣ ਗੱਲ ਕਰਾਂਗੇ ਪੰਜਾਬ ਅੰਦਰ ਕੋਰੋਨਾ ਪੀੜਤਾਂ ਦੀ ਗਿਣਤੀ ਦੇ ਵਿੱਚ ਹੋਏ ਵਾਧੇ ਦੀ। ਪੰਜਾਬ ਅੰਦਰ ਕੋਰੋਨਾ ਪੀੜਤਾਂ ਦੀ ਗਿਣਤੀ 1900 ਦਾ ਅੰਕੜਾ ਪਾਰ ਕਰ ਚੁੱਕੀ ਹੈ। ਲਗਾਤਾਰ ਕੋਰੋਨਾ ਦੇ ਮਾਮਲੇ ਪੰਜਾਬ ਅੰਦਰ ਵੱਧਦੇ ਜਾ ਰਹੇ ਨੇ। ਜੇਕਰ ਅੱਜ ਨਵੇਂ ਅੰਕੜਿਆਂ 'ਤੇ ਇੱਕ ਝਾਤ ਮਾਰੀ ਜਾਵੇ ਤਾਂ ਜਲੰਧਰ ਤੋਂ 9 ਨਵੇਂ ਮਾਮਲੇ ਸਾਹਮਣੇ ਆਏ, ਜਿਸ ਦੇ ਵਿੱਚ 6 ਮਹਿਲਾਵਾਂ ਅਤੇ 3
पुरुष जेड़े सीगे कोरोना पॉजिटिव पाए गए, एक 72 साल का भी कोरोना पीड़ित है, तो एक 5 महीने का कोरोना पीड़ित भी मामला सामने आया है। जेकर गल लुधियाणा की करिए तो लुधियाणा के 14 पुलिस मुलाजम रेलवे के कोरोना पॉजिटिव पाए गए, 17 नवे मामले लुधियाणा तो अज सामने आए। जेकर गल की जाए मरण वालों की, तो हूँ तक सूबे अंदर 33 लोगों ने इस बीमारी का शिकार होने तो बाद अपनी जान गवा दी है। अमृतसर के अज एक 39 साल व्यक्ति की मौत हो गई, हालांकि यह व्यक्ति HIV के नाल भी ग्रसित सीगा। HIV की लड़ाई लड़न दौरान ही इसनू कोरोना की बीमारी ने शिकार बना लिया। हस्पताल दे विच जेरे इलाज शख्स ने अज दम तोड़ दिता। तो अगर अमृतसर की गल की जाए तो अमृतसर दे विच कोरोना की बीमारी दे नाल होण वाली यह चौथी मौत सीगी। सब तो पहली मौत पंजाब अंदर अमृतसर तो ही सामने आई सीगी, तो हुण पंजाब अंदर कुल कोरोना पीड़ितों की गिनती 1900 का अंकड़ा पार कर गई है। जेकर मरण वालों की गल की जाए तो 33 लोगों ने इस बीमारी के नाल जान गवाई है। आखिर विच गल करांगे देश अंदर कोरोना पीड़ितों की गिनती दे विच दिनों दिन वध रहे रफ्तार की। हुण तक देश अंदर कोरोना पीड़ितों की गिनती 70,700 तो भी वध हो गई है। जेकर मरण वालों की गल की जाए 2,293 लोगों ने हुण तक इस बीमारी का शिकार होने तो बाद अपनी जान गवा दी। 22,500 के करीब लोग ठीक होकर आपो अपने घर चले गए। 46,000 तो वध एक्टिव मामले हुण भी देश अंदर कोरोना के पॉजिटिव मामले ने। जेकर गल की जाए दुनिया अंदर कोरोना पीड़ितों की गिनती दे विच हो रहे वाधे की, 42,50,000 तो वध लोग हुण तक इस बीमारी का शिकार हो चुके हैं दुनिया अंदर, जबकि मरण वालों की गिनती 2,86,000 के करीब पहुँच गई है। ठीक होने वालों की गिनती जी है वह 15.5 लाख के करीब हो गई है। जेकर गल की जाए हुण तक सब तो वध प्रभावित खेत्र की, तो अमरीका है। अमरीका के 14 लाख के करीब लोग इस बीमारी का हुण तक शिकार हो चुके हैं, जबकि मरण वालों की गिनती लगातार वधती जा रही है, 81,000 पहुँच गई है। दूजे नंबर पर स्पेन है, जिस दे विच पीड़ितों की गिनती 2,68,000 के करीब पहुँच गई है, जबकि मरण वालों की गिनती स्पेन के 27,000 के करीब है। हुण तीजे नंबर पर रशिया है। रूस के भी पीड़ितों की गिनती दे विच तेजी के नाल वाधा होया है, 2,32,000 के करीब लोग इत्थे पीड़ित ने, पर मरण वालों की गिनती की जेकर गल की जाए तो मौतों का आंकड़ा बेहद कम है, यानी कि वड्डी ठल पाई है मौतों के उत्ते रूस ने। रूस के हुण तक सिर्फ 2,200 के करीब लोगों ने इस बीमारी के नाल अपनी जान गवाई है। जेकर गल की जाए इटली की, इटली दे विच भी कोरोना पीड़ितों की गिनती 2,19,000 पहुँच गई है, जबकि मरण वालों की गिनती 30,000 हो गई है। गल करांगे यूके की, यूके दे विच कोरोना पीड़ितों की गिनती दे विच तेजी दे नाल वाधा होया है, 2,10,000 तो वध लोग इस बीमारी का हुण तक यूके दे विच शिकार हो चुके हैं, जबकि मरण वालों की गिनती 32,000 के करीब पहुँच गई है। इस सन हुण तक दी खबरां, ताज़तरीन खबरां लैके फिर मिलेंगे। देखते रहो चकते TV। सत श्री अकाल। चकदे TV नाल जुड़े रहने लई साडा चैनल सबसक्राइब करो। वीडियो सब तो पहला देखने लई बैल आइकन ते क्लिक करना ना भुल्यो।